ਮਾਝੇ ਅਤੇ ਮਾਲਵੇ ਦੀ ਤਰ੍ਹਾਂ ਗੁਰਦਾਸਪੁਰ ਵਿੱਚ ਵੀ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਅਕਾਲੀ ਦਲ ਦੇ ਰਵੀਕਰਨ ਸਿੰਘ ਕਾਹਲੋਂ ਵੱਲੋਂ ਆਮ ਆਦਮੀ ਪਾਰਟੀ ਅਤੇ ਸੁਖਪਾਲ ਖਹਿਰਾ ਦੇ ਖਿਲਾਫ਼ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਜਿਹੜੇ ਸਾਰੇ ਸਾਡੇ ਆਗੂ ਸਾਹਿਬਾਨ ਨੇ, ਸਾਰੇ ਵਰਕਰ ਸਾਹਿਬਾਨ ਗੁਰਦਾਸਪੁਰ ਇਕੱਠੇ ਹੋਏ ਆ, ਇੱਥੇ ਉਹਦਾ ਪੁਤਲਾ ਸਾੜਿਆ ਗਿਆ। ਦੱਸਿਆ ਗਿਆ ਵਾ ਕਿ ਦੋਹਰੇ ਮਾਪਦੰਡ ਨਹੀਂ ਚੱਲੇ। ਜਦੋਂ ਕਿ ਕੋਈ ਗੱਲ ਹੁੰਦੀ ਸੀ ਪੰਜਾਬ ਦੇ ਨਸ਼ਿਆਂ ਦੀ ਗੱਲ ਕਰਦੀ ਸੀ, ਸਾਰੇ ਲੀਡਰਾਂ ਦਾ ਨਾਮ ਨਾ ਲੈ ਕੇ ਕਦੀ ਕਹਿੰਦੇ ਸੀ ਇਹਨਾਂ ਦੇ ਪਰਚਾ ਦੇ ਦਿਓ, ਕਦੀ ਕਹਿੰਦੇ ਸਾਨੂੰ ਅੰਦਰ ਦਿਓ। ਪਰ ਜਦੋਂ ਅੱਜ ਆਪਣੇ ਤੇ ਆਈ ਆ, ਨਾ ਕਿਸੇ ਲੀਡਰ ਨੇ ਉਂਗਲ ਉਠਾਈ ਆ, ਨਾ ਕਿਸੇ ਪਾਰਟੀ ਨੇ ਉਂਗਲ ਆ। ਮਾਣਯੋਗ ਹਾਈ ਕੋਰਟ ਨੇ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਇਹ ਆਦੇਸ਼ ਦਿੱਤਾ ਵਾ ਕਿ ਉਹ ਕਿ ਫਾਜ਼ਿਲਕਾ ਕੋਰਟ ਦੇ ਵਿੱਚ ਜਾ ਕੇ ਹਾਜ਼ਰ ਹੋ, ਤੇ ਜਿਹੜਾ ਉਹਦੇ ਗੁਰਦੇਵ ਸਿੰਘ ਦੇਵ ਜਿਹੜਾ ਉਹਦਾ ਮਾਰਕੀਟ ਕਮੇਟੀ ਦਾ ਚੇਅਰਮੈਨ ਸੀ, ਤੇ ਨਸ਼ੇ ਦੇ ਤਸਕਰੀ ਦੇ ਦੋਸ਼ ਲੱਗੇ, ਤੇ ਇਹਦੇ ਉੱਤੇ PSO ਤੇ ਸਾਰੇ ਦੇ ਦੋਸ਼ ਲੱਗੇ ਨੇ, ਤੇ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਜਾ ਕੇ ਉੱਥੇ ਪੇਸ਼ ਹੋ ਕੇ, ਤੇ ਉਹਨਾਂ ਨੇ ਹਾਈ ਕੋਰਟ ਨੇ ਫਾਜ਼ਿਲਕਾ ਕੋਰਟ ਨੂੰ ਵੀ ਕਿਹਾ ਕਿ ਨਿਰਪੱਖ ਤੌਰ 'ਤੇ ਜਿਹੜਾ ਫੈਸਲਾ ਕੀਤਾ ਜਾਵੇ। ਕੇਜਰੀਵਾਲ ਜਿਹੜਾ ਅੱਗੇ ਗੱਲ ਕਰਦਾ ਹੁੰਦਾ ਸੀ ਮੈਂ ਜ਼ੀਰੋ ਟੋਲਰੈਂਸ ਵਾਲੀ ਜਿਹੜੀ ਸਰ ਦੇਣੀ ਹੈ ਕਿ ਕਿਸੇ ਵਿੱਚ ਕੋਈ ਮਾੜੀ ਮੋਟੀ ਗਲਤੀ ਹੋਈ ਤੇ ਉਹ ਮੇਰੀ ਸਰਕਾਰ ਦਾ ਜਾਂ ਮੇਰੀ ਪਾਰਟੀ ਦਾ ਹਿੱਸਾ ਹੋ ਸਕਦਾ। ਪਰ ਅੱਜ ਸੁਖਪਾਲ ਸਿੰਘ ਖਹਿਰਾ ਤੇ ਹਾਈ ਕੋਰਟ ਨੇ ਜਦੋਂ ਕਹਿ ਦਿੱਤਾ ਵਾ ਕਿ ਇਹ ਦੋਸ਼ੀ ਮੰਨ ਰਿਹਾ ਵਾ, ਤੇ ਹਾਲੇ ਤੱਕ ਉਸ ਨੂੰ ਉਹਨੇ ਨਾ ਕੋਈ ਕੱਢਣ ਵਾਲੀ ਕੋਈ ਗੱਲ ਕੀਤੀ ਆ, ਨਾ ਕੋਈ ਬਿਆਨ ਦਿੱਤਾ ਵਾ।